ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਪਹਿਲਾਂ ਹੀ ਸਾਰੇ ਪਾਰਟੀਆਂ ਵੱਲੋਂ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਸਨ। ਕਾਂਗਰਸ ਵੱਲੋਂ ਅਖੀਰੀ ਚਰਨਾ ਉਮੀਦਵਾਰ ਵਿਜਿੰਦਰ ਸਿੰਗਲਾ ਨੂੰ ਉਤਾਰਿਆ ਗਿਆ ਹੈ ਜੋ ਕਿ ਹੁਣ ਕੈਂਪੇਨ ਵਿੱਚ ਪਿਛੜ ਰਹੇ ਹਨ, ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ, ਮੋਹਾਲੀ ਅਤੇ ਚਮਕੌਰ ਸਾਹਿਬ ਦੇ ਕਾਂਗਰਸੀਆਂ ਵੱਲੋਂ ਦਿਨ ਰਾਤ ਇੱਕ ਕਰ ਦਿੱਤਾ ਗਿਆ ਹੈ। ਅਤੇ ਇਸ ਮੌਕੇ ਵਿਜਿੰਦਰ ਸਿੰਗਲਾ ਵੱਲੋਂ ਇੱਕ ਪਹਿਲੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਦੇ ਨਿਵਾਸ ਵਿਖੇ ਰੱਖੀ ਗਈ, ਜਿਸ ਵਿੱਚ ਚਮਕੌਰ ਸਾਹਿਬ ਹਲਕਾ ਦੇ ਅਤੇ ਵੱਖ ਵੱਖ ਇਲਾਕਿਆਂ ਦੇ ਕਾਂਗਰਸੀ ਆਗੂਆਂ ਵੱਲੋਂ ਭਾਗ ਲਿਆ ਗਿਆ। ਉੱਥੋਂ ਸੁਣਾਉਂਦੇ ਹਾਂ ਇਸ ਸੰਬੰਧੀ ਕੀ ਕਹਿ ਰਹੇ ਵਿਜਿੰਦਰ ਸਿੰਗਲਾ। ਮੈਂ ਹੁਣ ਇਹ ਗੱਲ ਕਹੀ ਹੈ ਕਿ ਮੈਨੂੰ ਆਪਣੇ ਇਸ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਏਜੰਡਾ ਅਸੀਂ ਲਿਖਾਂਗੇ ਉਸ ਏਜੰਡੇ ਨੂੰ ਮੈਂ ਆਪਣੇ ਮੈਨੀਫੈਸਟੋ ਵਿੱਚ ਅਨਵੀਲ ਕਰੂੰਗਾ ਔਰ ਉਸ ਦੇ ਉੱਪਰ ਮੈਂ ਫਿਰ ਮਿਹਨਤ ਕਰਕੇ ਆਪਾਂ ਉਸ ਏਜੰਡੇ 'ਤੇ ਕੰਮ ਕਰਾਂਗੇ ਤਾਂ ਕਿ ਇਲਾਕਾ ਅੱਗੇ ਜਾ ਸਕੇ। ਆਪਣੇ ਇਲਾਕੇ ਦੀ ਜੋ ਜ਼ਰੂਰਤ ਹੋਊਗੀ ਉਸ ਗੱਲ ਨੂੰ ਆਉਣ ਵਾਲੇ ਸਮੇਂ 'ਚ ਪਾਰਲੀਮੈਂਟ 'ਚ ਕਰਾਂਗੇ। ਮੈਂ ਅੱਜ ਅਸੀਂ ਛੋਟੀ ਜਿਹੀ ਆਪਣੀ ਪਾਰਟੀ ਦੀ ਇੱਕ ਮੀਟਿੰਗ ਰੱਖੀ ਸੀ ਜੋ ਅਸੀਂ 4 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਮਾਤਾ ਨੈਣਾ ਦੇਵੀ ਦੇ ਆਸ਼ੀਰਵਾਦ ਲੈਣ ਵਾਸਤੇ ਦੋਨੋਂ ਜਗ੍ਹਾ 'ਤੇ ਜਾ ਰਹੇ ਹਾਂ। ਉਸ ਦੇ ਵਾਸਤੇ ਅਸੀਂ ਅੱਜ ਆਪਣੀ ਛੋਟੀ ਪਾਰਟੀ ਦੀ ਮੀਟਿੰਗ ਰੱਖੀ ਸੀ। ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀਆਂ ਜੋ ਗੱਲਾਂ ਲੋਕਾਂ ਦੇ ਵੱਲੋਂ ਮੇਰੇ ਸਾਹਮਣੇ ਆਉਣੀਆਂ ਉਹ ਅਸੀਂ ਏਜੰਡਾ ਬਣਾ ਕੇ ਫਿਊਚਰ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ ਔਰ ਆਪਣੇ ਇਲਾਕੇ ਨੂੰ ਤਰੱਕੀਆਂ ਦੇ ਤਹਿਤ ਉੱਪਰ ਲੈ ਕੇ ਜਾਂਦੇ। ਸਰ, ਲੋਕਾਂ ਦਾ ਕਹਿਣਾ ਵੀ ਪਹਿਲਾਂ ਬਿੱਟੂ ਜੀ ਇੱਥੇ ਤੋਂ ਚਲੇ ਗਏ, ਤਵਾੜੀ ਜੀ ਇੱਥੋਂ ਚਲੇ ਗਏ, ਮੈਂ ਤਾਂ ਯਾਰ ਕੋਈ ਐਸਾ ਨਾਮ ਹੈ ਬੰਦਾ ਹੈ, ਮੈਂ ਤਾਂ ਕੰਮ ਕਰਨ ਵਾਲਾ ਬੰਦਾ ਤੇ ਅਗਰ ਮੈਨੂੰ ਉਹਨਾਂ ਦੇ ਚੈੱਕਾਂ ਦਾ ਤਾਂ ਨਹੀਂ ਪਤਾ, ਨਹੀਂ ਉਹਨਾਂ ਦੇ ਚੈੱਕਾਂ ਦੇ ਉਹਨਾਂ ਨੇ ਜ਼ਰੂਰ ਚੈੱਕ ਮੰਡੇ ਹੋਣਗੇ। ਉਹ ਇੱਕ ਵਧੀਆ ਬੰਦੇ ਹੈ, ਕੋਈ ਇਹੋ ਜਿਹੀ ਗੱਲ ਨਹੀਂ ਕਿ ਉਹਨਾਂ ਨੇ ਚੈੱਕ ਨਹੀਂ ਮੰਡੇ।